ਜੀ ਅੱਜ ਆਪਣੇ ਟ੍ਰਿਪ ਦਾ ਡੇ 3 ਆ ਅਤੇ ਅੱਜ ਆਪਾਂ ਗੇਟ ਆਫ ਹੈਵਨ ਦੇਖਣ ਚੱਲਾਂਗੇ। ਤਿਆਰ ਹੋ ਗਏ ਹਾਂ ਲਗਭਗ 9 ਵਜੇ ਹੈ ਨਾ ਜਾਣ ਲੱਗੇ। ਹੁਣ ਆਪਾਂ ਪਹਿਲਾਂ ਬ੍ਰੇਕਫਾਸਟ ਕਰਦੇ ਹਾਂ ਅਤੇ ਫਿਰ ਚੱਲਦੇ ਹਾਂ। ਆਪਣੀ ਸੰਗਤ ਵੀ ਸਾਰੀ ਰੈਡੀ ਆ ਜਾਓ ਵੀ ਆ ਜਾਓ ਆ ਜਾਓ ਆ ਜਾਓ। ਦੁੱਲਾ ਵੀ ਰੈਡੀ ਹੈ, ਨਵਨੀਤ ਤਿਆਰ ਆ, ਚਲੋ ਇੱਧਰ ਆਪਣਾ ਉੱਧਰ ਰੂਮ ਰਹਿ ਗਿਆ, ਇੱਧਰਲਾ ਆਪਣਾ ਇੱਧਰਲਾ ਦਮਨ ਹੋਰਾਂ ਦਾ, ਅਤੇ ਤਿਆਰੀ ਕਰਕੇ ਚੱਲਦੇ ਹਾਂ। ਸੋ ਕੱਲ੍ਹ ਅਸੀਂ ਜ਼ਿਆਦਾ ਜਲਦੀ, ਹਾਂ ਨਵਨੀਤ ਨੇ ਜਿਹੜਾ ਕੱਲ੍ਹ ਬੈਗ ਲਿਆ ਸੀ ਦੇਖੋ ਨਵਨੀਤ ਨੇ, ਬਹੁਤ ਸੋਹਣਾ ਲੱਗਿਆ ਨਾ, ਬਾਹਲਾ ਮਹਿੰਗਾ ਵੀ ਨਹੀਂ ਇਹ, 1,70,000 ਹਾਂ। ਆਪਣੇ ਇੱਧਰਲੇ ਇੰਡੀਅਨ ਪੈਸੇ ਤਾਂ ਬਹੁਤ ਘੱਟ ਬਣਦੇ ਆ, ਪਰ ਚੀਜ਼ ਸੋਹਣੀ ਆ। ਸੋ ਅੱਜ ਤੁਹਾਨੂੰ ਆਪਾਂ ਬਹੁਤ ਕੁਛ ਬਾਲੀ ਦੇ ਵਿੱਚ ਘੁਮਾਵਾਂਗੇ ਫੜਾਵਾਂਗੇ, ਪੂਰਾ ਵਲੌਗ ਦੇਖਿਓ ਤੁਹਾਨੂੰ ਵਧੀਆ ਲੱਗੂ। ਸਾਡੀ ਕੋਸ਼ਿਸ਼ ਆ ਕਿ ਤੁਹਾਨੂੰ ਸਾਰਾ ਬਾਲੀ ਘੁਮਾ ਦਈਏ ਘਰੇ ਬੈਠਿਆਂ ਬੈਠਿਆਂ ਨੂੰ, ਹੈ ਨਾ, ਜਿਹੜੇ ਭੈਣ ਭਰਾ ਨਹੀਂ ਆ ਸਕਦੇ। ਬਾਕੀ ਜਦੋਂ ਟਾਈਮ ਹੁੰਦਾ ਘੁੰਮਣ ਜ਼ਰੂਰ ਆਇਆ ਕਰੋ, ਬਹੁਤ ਵਧੀਆ ਰਹਿੰਦਾ। ਹੁਣ ਆਪਾਂ ਬ੍ਰੇਕਫਾਸਟ ਕਰ ਲਈਏ। ਆਹ ਦੇਖੋ ਇੱਧਰ ਆਪਣਾ ਪੂਲ ਆ ਅਤੇ ਉਹਦੇ ਨਾਲ ਹੀ ਮਤਲਬ ਕਿ ਸਾਰਾ ਰੈਸਟੋਰੈਂਟ ਏਰੀਆ ਬਣਿਆ ਹੋਇਆ ਇੱਥੇ। ਚਲੋ ਹੁਣ ਆਪਾਂ ਬ੍ਰੇਕਫਾਸਟ ਕਰਦੇ ਹਾਂ, ਫਿਰ ਆਪਣਾ ਡਰਾਈਵਰ ਵੇਟ ਕਰ ਰਿਹਾ, ਚੱਲਾਂਗੇ। ਲਓ ਜੀ ਬ੍ਰੇਕਫਾਸਟ ਆਪਣਾ ਰੈਡੀ ਆ, ਤੁਹਾਨੂੰ ਦਿਖਾਉਣੇ ਆ। ਪਰ ਆਪਣੇ ਖਾਣ ਦੀਆਂ ਆਈਟਮਾਂ ਇਹਨਾਂ 'ਚੋਂ ਬਹੁਤ ਘੱਟ ਆ, ਇਹਨਾਂ ਦਾ ਹੀ ਆ ਸਾਰਾ ਨੋਨ ਵੈਜ ਆ ਨਾ ਫੂਡ, ਜਿਹੜਾ ਆਪਾਂ ਖਾਂਦੇ ਨਹੀਂ ਆ ਫੂਡ ਵਗੈਰਾ ਹੈਗੇ ਆ, ਆਪਾਂ ਸਪੈਸ਼ਲੀ ਖਾਵਾਂਗੇ। ਇੱਧਰ ਟੋਸਟ ਵਗੈਰਾ ਰੈਡੀ ਹੋ ਰਹੇ ਆ, ਕਿਉਂ ਬਈ ਬਟਰ ਟੋਸਟ ਰੈਡੀ ਕਰ ਰਹੇ ਹੋ? ਆਪਾਂ ਤਾਂ ਬਟਰ ਟੋਸਟ ਹੀ ਖਾ, ਦਮਨ ਖੜ ਗਈ ਆ ਮਾਸਟਰ ਸ਼ੈਫ। ਇੱਧਰ ਬ੍ਰੈਡ ਟੋਸਟ ਹੀ ਆਪਾਂ ਖਾ ਸਕਦੇ ਹਾਂ, ਹੈ ਨਾ, ਬਾਕੀ ਦਿਨ ਦਾ ਫੂਡ ਹੋ ਰਹੀ ਆ, ਜਾਂ ਆਪਾਂ ਡੋਨਟਸ ਵਗੈਰਾ ਖਾਵਾਂਗੇ। ਲਓ ਜੀ ਮੇਰੀ ਬ੍ਰੇਕਫਾਸਟ ਪਲੇਟ ਰੈਡੀ ਹੋ ਗਈ ਆ, ਮੈਂ ਲੈ ਕੇ ਆਇਆ ਫਰੂਟ ਕੱਪ, ਡੋਨਟ ਅਤੇ ਬ੍ਰੈਡ ਟੋਸਟ, ਸੈਲਡ ਨਾਲ ਹੈਗਾ ਗਾਵਾ ਜੂਸ। ਇਹਨਾਂ ਦਾ ਗਾਵਾ ਜੂਸ ਜ਼ਿਆਦਾ ਮਿੱਠਾ ਨਹੀਂ ਹੁੰਦਾ ਕਿਉਂਕਿ ਮਿੱਠਾ ਨਹੀਂ ਪਾਉਂਦੇ ਵਿੱਚ। ਔਰ ਵਧੀਆ ਚੀਜ਼ਾਂ ਸਾਰੇ ਟੋਸਟ ਵਗੈਰਾ ਲਏ ਆਪਣੇ ਖਾਣ ਲਈ, ਇਹੀ ਚੀਜ਼ਾਂ ਹੋਰ ਕੁਛ ਹੈ ਨਹੀਂ ਜ਼ਿਆਦਾ। ਸੋ ਬ੍ਰੇਕਫਾਸਟ ਦੇ ਆਪਾਂ ਇਹੀ ਛਕਦੇ ਹਾਂ, ਬਾਕੀ ਉੱਧਰ ਡਿਫਰੈਂਟ ਜੂਸਿਸ ਹੈਗੇ ਜਿਹੜੇ ਤੁਸੀਂ ਲੈਣਾ ਚਾਹੋ ਲੈ ਸਕਦੇ ਹੋ, ਗਾਵਾ ਜੂਸ ਆ ਚ, ਹੈ ਨਾ, ਇੱਕ ਔਰੇਂਜ ਜੂਸ ਆ, ਜਾਂ ਇੱਕ ਜਿਵੇਂ ਵਾਟਰਮੈਲਨ ਦਾ ਜੂਸ ਉਹ ਵੀ ਹੁੰਦਾ। ਸੋ ਜ਼ਿਆਦਾ ਫੋਰਨਰਸ ਆਉਂਦੇ ਆ ਤਾਂ ਕਰਕੇ। ਚਲੋ ਹੁਣ ਆਪਾਂ ਛੱਡਦੇ ਹਾਂ। ਲਓ ਜੀ ਆਪਾਂ ਹੋ ਗਏ ਹਾਂ ਰੈਡੀ, ਗੱਡੀ ਆਪਣੀ ਆ ਗਈ ਆ, ਜਵਾਈ ਗੱਡੀ ਬਦਲ ਕੇ ਲੈ ਕੇ ਆਇਆ। ਅਤੇ ਗੱਡੀ ਅੱਜ ਬਦਲ ਕੇ ਲੈ ਕੇ ਆਇਆ ਵੀਰੇ, ਪਹਿਲਾਂ ਥੋੜ੍ਹੀ ਜਿਹੀ ਗੱਡੀ ਸੀਗੀ ਛੋਟੀ, ਉਹ 'ਚ ਔਖਾ ਸੀ, ਅੱਜ ਵੱਡੀ ਗੱਡੀ ਲੈ ਕੇ ਆਇਆ ਵੀਰੇ। ਆਪਣੇ ਡਰਾਈਵਰ ਆ ਇਹ ਸੂਰਜ। ਪਹਿਲਾਂ ਵੀ ਮੈਂ ਮੂਹਰੇ ਬੈਠਣ ਲੱਗਾ ਸੀ, ਸੋ ਤੁਹਾਨੂੰ ਪਤਾ ਥੋੜ੍ਹੀ ਹਾਈਟ ਕਰਕੇ ਆਪਾਂ ਨੂੰ ਅੱਜ ਇਸ਼ੂ ਹੈ। ਗੱਡੀ ਸਾਨੂੰ ਖੁੱਲ੍ਹੀ ਆ, ਬੈਕ ਸਾਈਡ ਤੋਂ ਤਾਂ ਬਹੁਤ ਖੁੱਲ੍ਹੀ ਆ, ਆਹ ਦੇਖੋ ਪਿੱਛੇ ਤਾਂ ਬਹੁਤ ਜਗ੍ਹਾ, ਪੈਰ ਸਿੱਧੇ ਹੁੰਦੇ ਆਰਾਮ ਨਾਲ, ਹੈ ਨਾ, ਮੂਹਰੇ ਘੱਟ ਆ। ਸੋ ਤਾਂ ਕਰਕੇ ਆਪਾਂ ਅੱਜ ਪਿੱਛੇ ਡਿਊਟੀ ਲਾ ਲਈ। ਆਹ ਦੁੱਲੇ ਵਾਰੀ ਆ ਗਏ, ਦੁੱਲੇ ਮੂਹਰੇ ਆ ਜਾ, ਲੱਤਾਂ ਨਹੀਂ ਪੂਰੀਆਂ ਆਉਂਦੀਆਂ ਉੱਤੇ, ਆ ਜਾਓ ਆ ਜਾਓ ਆ ਜਾਓ। ਵੈਸੇ ਆਪਾਂ ਉਹੀ ਬਹਿ ਸਕਦੇ ਸਾਰੇ ਜਣੇ ਪਿੱਛੇ, ਵੀ ਸੀਟਾਂ ਖਾਲੀ ਆ, ਦੁੱਲੇ ਹੁਣਾਂ ਦਾ ਆ ਜਾ, ਦੁੱਲੇ ਵੇਖ ਲਾ ਦੋ ਦੋ ਜਣੇ ਕਰਕੇ ਦੇਖ ਲਾ, ਔਖਾ ਤਾਂ ਨਹੀਂ ਹੁੰਦਾਗਾ, ਆਰਾਮ ਨਾਲ ਬਹਿ ਜਾਂਦੇ ਪਿੱਛੇ, ਦੁੱਲਾ ਸਿਰ ਘੁੰਮੂਗਾ ਬਾਹਲਾ ਜ਼ਿਆਦੇ, ਚੱਲ ਬਹਿ ਜਾਂਦੇ ਕੋਈ ਨਹੀਂ ਮੂਹਰੇ ਨੂੰ, ਠੀਕ ਆ ਵਧੀਆ ਹੈ, ਹਾਂ ਚੱਲ ਵਧੀਆ, ਠੀਕ ਆ ਅਕਾਰ ਸਾਹਿਬ, ਤੇਰੀਆਂ ਲੱਤਾਂ ਦੇ ਦੁੱਲੇ ਸੱਟ ਆ ਗਈਆਂ। ਲਓ ਵੀ ਵਾਹਿਗੁਰੂ ਦਾ ਨਾਂ ਜਕਾਰਾ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਲਓ ਜੀ ਕਰਦੇ ਆ ਜਰਨੀ ਸਟਾਰਟ, ਅੱਜ ਜਾਵਾਂਗੇ ਗੇਟ ਆਫ ਹੈਵਨ, ਵੈਨ ਬਦਲ ਗਈ ਹੈ, ਹਾਂ ਗੇਟ ਆਫ ਹੈਵਨ ਜਾਵਾਂਗੇ ਤੇ ਇੱਕ ਦੋ ਹੋਰ ਜਗ੍ਹਾ ਹੈਗੀਆਂ। ਅੱਜ ਮੈਂ ਦੁੱਲੇ ਨੂੰ ਮੂਹਰੇ ਬਿਠਾਇਆ, ਕੱਲ੍ਹ ਇਹਦਾ ਸਿਰ ਘੁੰਮਦਾ ਸੀ, ਹਾਂ ਨਾਈਸ ਲੱਗੀ ਲਾਈਕ ਬਿਗ ਵੈਨ, ਖੁਸ਼ ਹੋ ਗਿਆ ਮੂਹਰੇ ਦੱਸਦਾ, ਦੁੱਲਾ ਮੂਹਰੇ ਬੈਠ ਕੇ ਵੈਸੇ ਹੀ ਖੁਸ਼ ਹੋ ਜਾਂਦਾ, ਦਲਵੀਰ ਦਾ ਵਸ ਨਹੀਂ ਚੱਲਦਾ, ਕਹਿ ਦੂਗਾ ਨਹੀਂ ਉਹਨੂੰ ਵੀ ਤੂੰ ਪਾਸੇ ਹੋ ਮੈਂ ਚਲਾਉਣਾ, ਇਹ ਗੱਡੀ ਕਿਸੇ ਨੂੰ ਅਜੇ ਤੱਕ ਨਾਲ ਬੈਠੇ 'ਚ ਵਿਸ਼ਵਾਸ ਨਹੀਂ ਕਰਦਾ ਇਹ, ਅਲੇ ਫੜ ਬਈ।
ਚਲੋ ਚੱਲਦੇ ਆ ਜੀ। ਆ ਦੇਖੋ ਨਾਨ ਭਰਜਾਈ ਨੇ ਇਕੱਠਿਆਂ ਨੇ ਦੋ ਬੈਗ ਕੱਲ ਜਿਹੜੇ ਲਏ ਆ, ਇਹ ਐ ਨੀ ਤੁਹਾਨੂੰ ਲੱਗਦਾ ਜਿਵੇਂ ਜੋਗੀਆਂ ਕੋਲੇ ਸੱਪ ਵਾਲੇ ਜੀ ਚ ਸੱਪ ਰੱਖਦੇ ਹੁੰਦੇ ਸੀ ਹਨਾ, ਜੋ ਹੀ ਉਹਦੇ ਨਾਲ ਤਾਂ ਲੱਗਦਾ ਇਹੋ ਜਿਹਾ ਹੁੰਦਾ ਸੀ ਇਹਨਾਂ ਕੋਲੇ, ਉਹ ਚੀਜ਼ ਬਣਾਈ ਆ। ਸੋਹਣਾ ਕਿੰਨਾ ਵੇਖੋ। ਨਹੀਂ ਉਹ ਐ ਕਰਦੇ ਬੱਚਾ ਥੋੜਾ ਜਿਹਾ ਬਚ ਕੇ ਸੱਪ ਦਿਖਾਉਣ ਲੱਗੇ ਆ, ਕੱਟ ਕੇ ਇੱਕ ਵਾਰ ਧਿਆਨ ਦਿਓ। ਲਓ ਵੀ ਖੂਬ ਕਰ ਰਹੇ ਆ ਮਸਤੀ ਇੰਜੋਏ, ਸੋ ਹੱਸਦੇ ਰਹੋ ਖੁਸ਼ ਰਹੋ, ਹੈਪੀਨੈਸ ਜਿੰਨੀ ਹੋਊਗੀ ਚੰਗਾ ਹੀ ਆ, ਹੈ ਨਾ। ਇੰਜੋਏ ਕਰੋ ਕੋਈ ਵੀ ਸਿਚੁਏਸ਼ਨ ਆ, ਬਸ ਹੱਸਦੇ ਰਹੋ ਵਸਦੇ ਰਹੋ, ਬੜਾ ਸੋਚਣ ਦੀ ਲੋੜ ਨਹੀਂ। ਲਓ ਵੀ ਜਿੱਧਰ ਨੂੰ ਆਪਾਂ ਜਾ ਰਹੇ ਹਾਂ ਇੱਧਰ ਥੋੜ੍ਹਾ ਜਿਹਾ ਪਹਾੜੀ ਏਰੀਆ ਆਊਗਾ, ਦੇਖੋ ਇਧਰ ਕਿੰਨਾ ਸੋਹਣਾ ਹੈ ਨਾ ਮੌਸਮ, ਬਹੁਤ ਹੀ ਸੋਹਣਾ ਹੀ ਹੈ। ਉਹ ਗਾਣਾ ਜਿਹਾ ਹੈ ਨਾ, ਯੇ ਹਸੀ ਵਾਦੀਆਂ ਯੇ ਗੁਲਾਸਾਂ, ਇਹ ਦੁਗਾ ਕੀ ਹੁੰਦਾ ਬਸ। ਲਓ ਜੀ ਲਗਭਗ 3-2.5-3 ਘੰਟਿਆਂ ਦਾ ਸਫ਼ਰ ਤੈਅ ਕਰਕੇ ਅਸੀਂ ਫਾਈਨਲੀ ਪਹੁੰਚ ਚੁੱਕੇ ਹਾਂ ਖਾਰਾਸਮ, ਕਹਿੰਦੇ ਇਹਨੂੰ, ਮੈਨੂੰ ਪ੍ਰੋਪਰ ਬੋਲਣਾ ਤਾਂ ਨਹੀਂ ਆ ਰਿਹਾ ਨਾਮ, ਖਾਰਾਸਮ ਕਹਿ ਰਿਹਾ ਸੀ ਮੈਂ ਆਪਣੇ ਗਾਈਡ ਨੂੰ ਪੁੱਛਿਆ ਸੀ, ਡਰਾਈਵਰ ਵੀ ਆ। ਅਤੇ ਇੱਥੇ ਗੇਟ ਆਫ ਹੈਵਨ ਆ, ਕਾਫੀ ਔਖਾ ਹੋ ਜਾਂਦਾ ਭੀੜੀ ਗੱਡੀ ਹੋਵੇ, ਗੱਡੀ ਦਾ ਕੀ ਹਾਂ ਜੀ ਖੁੱਲੀ ਹੋ ਸਕਦੀ ਆ। ਦੇਖੋ ਵੀ ਬਹੁਤ ਸਾਰੇ ਟੂਰਿਸਟ ਪਹੁੰਚੇ ਹੋਏ ਆ, ਕਿਹੜੀ ਉਹ ਵਾਲੀ 14-15 ਨੰਬਰ ਹੋ ਚ ਬਣਾ ਕੇ ਲੈ ਕੇ ਜਾਂਦੇ ਹੋ। ਚਲੋ ਇਥੋਂ ਮਤਲਬ ਟਿਕਟ ਮਿਲੂਗੀ ਇਥੋਂ? ਹਾਂ ਟਿਕਟ ਕਾਊਂਟਰ ਆ ਉਹ ਦੇਖੋ ਸਾਹਮਣੇ, ਇਹ ਚ ਲੈ ਕੇ ਜਾਣਗੇ ਗੇਟ ਆਫ ਹੈਵਨ ਦਿਖਾਉਣ ਲਈ ਮੇਰੇ ਹਿਸਾਬ ਨਾਲ, ਮਤਲਬ ਜ਼ਿਆਦਾ ਉਚਾਈ ਤੇ ਹੋਊਗਾ ਹਨਾ। ਲਓ ਵੀ ਹੁਣ ਆਪਾਂ ਜਾਣ ਲੱਗੇ ਆ ਗੇਟ ਆਫ ਹੈਵਨ ਲਈ, ਇਥੋਂ ਉਹਦੇ ਲਈ ਆਪਾਂ ਨੂੰ ਬੱਸ ਤੇ ਜਾਣਾ ਪਊਗਾ, ਸਪੈਸ਼ਲ ਬੱਸਿਸ ਜਾਂਦੀਆਂ ਆ ਵਾਲੀਆਂ। ਆਹ ਬੱਸ ਹੋ ਗਈ ਜਿਵੇਂ ਆਪਣੀ ਜਿਹੜੀ ਆ ਹੋਈ ਵੀ ਅਗਲੇ ਕਿ ਓਪਨ ਆ, ਇਹ ਓਪਨ ਬੱਸ ਆ ਹਨਾ, ਆਹ ਬੱਸ ਤੇ ਜਾਣਾ ਪੈਣਾ ਇੱਥੋਂ। ਚਲੋ ਪਿੱਛੇ ਬੈਠਾ ਹੋਇਆ ਆਪਾਂ, ਚਲੋ ਵੀ ਚਲੋ ਬੱਚਿਓ ਓਪਨ ਬੱਸ ਚ ਬਹਿ ਗਏ ਆਪਾਂ ਟੌਰ ਨਾਲ, ਸੂਰਜ ਵੀ ਚੱਲਿਆ, ਸੂਰਜ ਵੀ ਬਹਿ ਗਿਆ, ਇਹ ਫਿਰ ਗਾਂਹ ਜਾਣਾ ਪਊਗਾ ਨਾਲ ਤਾਂ ਜਾਊਗਾ, ਉੱਥੇ ਟਿਕਟ ਵਗੈਰਾ ਹੀ ਲਊਗਾ। ਚਲੋ ਜੀ ਚਲੋ ਜੀ ਪਹਿਲਾਂ ਗੇਟ ਆਫ ਹੈਵਨ ਲਈ ਇੱਧਰ ਆ। ਤੁਹਾਨੂੰ ਕਰਾਉਣੇ ਦਰਸ਼ਨ ਗੇਟ ਆਫ ਹੈਵਨ ਦੇ, ਵੀਡੀਓ ਨੂੰ ਕੋਈ ਦੱਬ ਕੇ ਸ਼ੇਅਰ ਕਰ ਦਿਓ, ਲਾਈਕ ਕਰੋ ਤੇ ਕਮੈਂਟ ਕਰੋ। ਤੇ ਬਾਲੀ ਦਾ ਪੂਰਾ ਟੂਰ ਘੁੰਮਣ ਦੇ ਲਈ ਹਜੇ ਬਹੁਤ ਕੁਛ ਆਪਾਂ ਅੱਗੇ ਕਰਨਾ, 900 ਦੂਆ ਵੀ ਜਾਣਾ, ਠੀਕ ਆ, ਤੁਸੀਂ ਸਬਸਕ੍ਰਾਈਬ ਕਰ ਲਓ ਚੈਨਲ। ਆਪਾਂ ਹੁਣ ਚੱਲੇ ਹਾਂ ਉੱਪਰ ਹੈ ਨਾ ਗੇਟ ਆਫ ਹੈਵਨ ਲਈ, ਬਹੁਤ ਉੱਚਾ ਇੱਥੋਂ ਅਤੇ
ਓਪਨ ਵਾਸਤਾ ਦੇਖੋ ਨਜ਼ਾਰੇਦਾਰ ਆਹ ਸਫ਼ਰ ਅਲੱਗ ਹੀ ਆ ਦਮਨ ਅਤੇ ਦੁੱਲਾ ਉੱਧਰ ਬੈਠਿਆ ਹਾਂ ਬਈ ਦੁੱਲੇ ਪੂਰਾ ਇੱਧਰ ਇੰਜੋਏਮੈਂਟ ਆ ਯਾਰ ਮੌਸਮ ਇੱਦਾਂ ਕਿ ਸੋਹਣਾ ਨਾ ਮੌਸਮ ਕਿੰਨਾ ਮਿੱਠਾ ਮਿੱਠਾ ਜਾ ਨਾ ਫੀਲਿੰਗ ਵੈਰੀ ਗ੍ਰੇਟ ਇਹ ਆਪਣੇ ਕੁਦਰਤ ਦੇ ਨਜ਼ਾਰੇ ਆ ਦੇਖੋ ਇੱਥੋਂ ਕਿੰਨੀ ਜ਼ਿਆਦਾ ਢਾਲ ਆ ਉਹ ਚੜ੍ਹ ਗਈ ਬਸ ਭਾਈ ਕੇਲਿਆਂ ਦੇ ਬੂਟੇ ਬੜੇ ਆ ਨਾ ਵੇਖੋ ਕੇਲੇ ਹੀ ਕੇਲੇ ਨਾਰੀਅਲ ਦੇ ਕੇਲੇ ਬਹੁਤ ਜ਼ਿਆਦਾ ਆ ਅੱਛਾ ਦੇਖੋ ਇਹ ਕਿੰਨਾ ਖਤਰਨਾਕ ਮੋੜ ਆ ਆਹ ਦੇਖੋ ਬਾਹਲੀ ਖਤਰਨਾਕ ਮੋੜ ਆ ਫਿਰ ਹੀ ਗੇਟ ਆਫ ਹੈਵਨ ਲੱਗੂਗਾ ਲਓ ਜੀ ਟੈਂਪਲ 'ਚ ਜਾਣ ਤੋਂ ਪਹਿਲਾਂ ਆਪਾਂ ਨੂੰ ਉਹ ਵੀਅਰ ਕਰਨਾ ਪੈਣਾ ਜਿਹੜਾ ਉਹਨਾਂ ਨੇ ਕੀਤਾ ਹੋਇਆ ਨਾ ਇੱਕ ਜਿਵੇਂ ਆਪਾਂ ਤੌਲੀਆ ਜਿਹਾ ਕਹਿੰਦੇ ਤੌਲੀਆ ਤਾਂ ਨਹੀਂ ਸਾਫਾ ਜਿਹਾ ਕਹਿ ਦਿੰਦੇ ਹਾਂ ਆਹ ਸਾਰਿਆਂ ਨੂੰ ਵੀਅਰ ਕਰਨਾ ਪੈਣਾ ਫਿਰ ਟੈਂਪਲ ਜਾ ਸਕਦੇ ਹਾਂ ਪਹਿਲਾਂ ਆਪਾਂ ਨੂੰ ਉੱਧਰੋਂ ਟਿਕਟ ਨਹੀਂ ਲੈਣੀ ਪੈਣੀ ਓਕੇ 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 ਵੀ ਪਹਿਲਾਂ ਆਹ ਕੰਪਲਸਰੀ ਕਰਤਾ ਸਾਰਿਆਂ ਲਈ ਔਰ ਇਹ ਬੰਨਣਾ ਹੀ ਪੈਣਾ ਤੁਹਾਨੂੰ ਲਿਆਓ ਜੀ ਥੈਂਕ ਯੂ ਹਾਈ ਦੋਨੂੰ He has a big stomach. Thank you. ਦੋਨੇ ਬੈਗ ਤਾਂ ਚੱਕ ਲਈ ਬੈਗ ਤਾਂ ਚੱਕ ਅੱਛਾ ਬੰਨੇ ਹੋਇਆ ਤੂੰ ਹਾਂ ਇਦਾਂ ਲੈ ਦਲਵੀਰ ਬੜਾ ਸੋਹਣਾ ਲੱਗੀ ਜਾਂਦਾ ਲਓ ਜੀ ਆਪਾਂ ਨੂੰ ਇਹ ਟਿਕਟ ਮਿਲ ਗਈ ਹੈ ਅਤੇ ਆਪਣਾ ਅੱਗੇ ਗਾਈਡ ਹੋਊਗਾ 381 ਨੰਬਰ ਆ ਇਹ 'ਚ ਸਾਰਾ ਕੁਛ ਆਪਾਂ ਨੂੰ ਜਿਹੜਾ ਜੋ ਦਿਖਾਉਣਗੇ ਸਾਰਾ ਕੁਛ ਇਹ 'ਚ ਦਿੱਤਾ ਹੋਇਆ ਟਿਕਟਸ ਆਪਾਂ 4 ਲੈ ਲਈਆਂ ਸਾਰਿਆਂ ਨੇ ਪਹਿਨ ਲਏ ਇਹਨਾਂ ਦੇ ਕੋਈ ਧਾਰਮਿਕ ਚਿੰਨ ਦੇ ਤੌਰ 'ਤੇ ਜਿਵੇਂ ਆਪਾਂ ਸਿਰ ਢੱਕਦੇ ਹਾਂ ਰੁਮਾਲ ਦੇ ਨਾਲ ਕੁਛ ਇਹਨਾਂ ਦੀ ਉਸ ਤਰ੍ਹਾਂ ਦੀ ਚੀਜ਼ ਆ ਸੋ ਹਰੇਕ ਦਾ ਆਪਣਾ ਰਿਲੀਜ਼ ਦੇ ਨਾਲ ਹੋਣਾ ਆਪਾਂ ਸਾਰਿਆਂ ਦੀ ਰਿਸਪੈਕਟ ਕਰਦੇ ਹਾਂ ਜਿੰਨੇ ਵੀ ਲੋਕ ਆ ਰਹੇ ਦੇਖੋ ਸਭ ਦੇ ਇਹ ਵੀਅਰ ਕੀਤਾ ਹੋਇਆ ਜਿਵੇਂ ਆਪਾਂ ਗੁਰਦੁਆਰੇ ਜਾਂਦੇ ਹਾਂ ਸਿਰ ਢੱਕਦੇ ਹਾਂ ਹੈ ਨਾ ਮੰਦਰ ਜਾਂਦੇ ਹਾਂ ਉੱਦਾਂ ਹੀ ਹੈ ਬਿਲਕੁਲ ਹਾਂ ਜਿੰਨੇ ਵੀ ਆ ਰਹੇ ਆ ਸਾਰੇ ਬੰਨ ਕੇ ਆ ਰਹੇ ਆ ਸੋ ਹਰੇਕ ਦਾ ਆਪਣਾ ਆਪਣਾ ਹੈ ਨਾ ਰੀਤੀ ਰਿਵਾਜ ਆ ਦੇਖੋ ਦਮਨ ਅਤੇ ਦਲਵੀਰ ਨੇ ਇੱਕੋ ਜਿਹਾ ਵੀਅਰ ਕੀਤਾ ਆਪਣੇ ਵੀ ਸੇਮ ਹੀ ਆ ਆਹ ਦੇਖੋ ਢਾਲ ਬਹੁਤ ਜ਼ਿਆਦਾ ਹੈ ਨਾ ਲਓ ਵੀ ਢਾਲ ਬਹੁਤ ਜ਼ਿਆਦਾ ਉੱਪਰ ਚੜ੍ਹਨ ਨੂੰ ਇਹਨੂੰ ਆਪਾਂ ਢਾਲ ਹੀ ਕਹਿੰਦੇ ਆ ਸਾਡਾ ਮੁਕਸਰੀ ਸਟਾਈਲ ਆ ਇਹ ਅਸੀਂ ਢਾਲ ਹੀ ਕਹਿਣੀ ਆ ਚੜ੍ਹਦੇ ਉੱਤਰੇ ਇੱਕ ਸ਼ਬਦ ਹੀ ਵਰਤਦੇ ਹਾਂ ਚਲੋ ਗਾਈਸ ਆਹ ਦੇਖੋ ਵੀ ਆਹ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਇੱਥੇ ਸਾਰਾ ਕੁਛ ਆ ਲਓ ਜੀ ਦੇਖੋ ਨਜ਼ਾਰੇ ਅਤੇ ਉੱਧਰ ਦੇਖੋ ਕਿੰਨੀ ਨੀਵੇਂ ਤੋਂ ਆਏ ਹਾਂ ਆਪਾਂ ਹੁਣ ਨਾਰੀਅਲ ਪਾਣੀ ਪੀਣ ਲੱਗੇ ਹਾਂ ਕੋਕੋਨਟ ਆ ਗਿਆ ਆਪਣਾ ਵਾਟਰ ਕਮਾਲ ਦਾ ਕੋਕੋਨਟ ਆ ਫਿੱਕਾ ਹੀ ਹੁੰਦਾ ਕੋਕੋਨਟ ਦਾ ਵਾਟਰ ਬਕ ਬਕਾ ਜਿਹਾ ਹੀ ਹੁੰਦਾ ਇਹ ਲੋ ਆ ਗਿਆ ਕੋਕੋਨਟ
ਚੱਕ 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 ਉੱਤੋਂ ਖਾ ਲਈ, ਇਹ ਖਾਣ ਲਈ ਹੁੰਦਾ। ਲਓ ਵੀ ਚਾਰ ਨਾਰੀਅਲ ਸੀਗੇ, ਗੱਲਬਾਤ ਸੀ, ਬਹੁਤ ਮਿੱਠਾ ਪਾਣੀ ਸੀ, ਮੈਂ ਤਾਂ ਇੰਨਾ ਮਿੱਠਾ ਪਾਣੀ ਕਰ ਪੀਤਾ ਨਾਰੀਅਲ ਦਾ, ਕੁਆਂਟਿਟੀ ਬਹੁਤ ਸੀ। ਜਿਹੜੀ ਗਿਰੀ ਜਾਂ ਕਈ ਮਲਾਈ ਕਹਿੰਦੇ ਉਹ ਵੀ ਬੜੀ ਵਧੀਆ ਟੇਸਟੀ ਆ, ਬਹੁਤ ਹੈਲਦੀ ਆ। ਲੱਗੀ ਹੋਇਆ ਦੁੱਲੇ ਹੋਰੀ ਜਦੋਂ ਯਾਦ ਕਰਨ ਲੱਗੇ ਹੋਏ ਆ। ਆਪਾਂ ਪਹਿਲਾਂ ਇੱਧਰ ਜਾਣਾ ਮੰਦਿਰ 'ਚ। ਲਓ ਜੀ ਆਪਾਂ ਪਹੁੰਚ ਗਏ ਟੈਂਪਲ 'ਚ। ਉਹ ਵਾਲਾ ਗੇਟ ਆ ਬਈ, ਨੋ ਨੋ ਇਹੀ ਆ। ਲਓ ਵੀ ਇੱਧਰ ਫੋਟੋ ਦੇਖੋ, ਕਿੱਡੀ ਸੋਹਣੀ ਫੋਟੋ ਕਰ ਰਿਹਾ ਇੱਧਰ ਗੇਟ ਆਫ ਹੈਵਨ ਤੇ, ਸਪੈਸ਼ਲ ਬੰਦਾ ਫੋਟੋ ਕਰਕੇ ਦਿੰਦਾ ਹੈ। ਨੰਬਰ ਵਾਈਜ਼ ਬੋਲਦੇ ਆ ਕਿੰਨਾ ਨੰਬਰ ਆਪਣਾ, 381 ਨੰਬਰ ਆ ਸਾਰੇ। ਅਸੀਂ ਦੇਖ ਰਹੇ ਹਾਂ ਕੀ ਕੀ ਪੋਜ਼ ਕਰ ਰਹੇ ਆ, ਤੇ ਦੁੱਲਾ ਆਪਣਾ ਸੌ ਗਿਆ ਦੇਖੋ। ਹਾਂ ਵੀ ਕੁਛ ਜਾਣੇ ਇੱਥੇ ਵੀ ਪੋਜ਼ ਕਰ ਰਹੇ ਆ। ਲਓ ਵੀ ਪੂਰੀ ਤਰ੍ਹਾਂ ਜਦੋ ਜਦ ਕਰ ਰਹੇ ਆ, ਵਾਰੀ ਨਹੀਂ ਆ ਰਹੀ। ਹਾਲੇ ਕਿ 100 ਨੰਬਰ ਹੋਰ ਪਿਆ ਇੱਧਰ, ਇੱਧਰ ਦਲੀਰ ਨੂੰ ਅੱਧਾ ਘੰਟਾ ਹੋ ਗਿਆ ਸੁੱਤੇ ਪਏ ਟੌਰ ਨਾਲ। ਕਿਉਂ ਬਈ, ਇਹ ਪੋਜ਼ ਦੇਖ ਰਹੀ ਆ ਕਿ ਕਿੱਦਾਂ ਕਿੱਦਾਂ ਕਰਨੇ ਆ। ਵਾਕਈ ਗੱਲਬਾਤ ਪੂਰੀ ਬਣੀ ਹੋਈ ਆ, ਵੇਟਿੰਗ ਕਰ ਰਹੇ ਆ, ਮੌਸਮ ਪੂਰਾ ਘੈਂਟ ਗੱਲਬਾਤ। ਆਹ ਦੇਖੋ ਵਾਰੀ ਚੱਲ ਰਹੀ ਹੈ ਸਾਰਿਆਂ ਦੀ, ਗੇਟ ਆਫ ਹੈਵਨ ਦੇਖੋ। ਆਹ ਦੇਖੋ ਹੁਣ ਤੁਹਾਡੇ ਸਾਹਮਣੇ ਪੋਜ਼ ਕਰਕੇ ਦਿਖਾਉਣਗੇ ਪੂਰੀ ਫੈਮਿਲੀ ਗੇਟ ਆਫ ਹੈਵਨ 'ਤੇ। ਦੇਖੋ ਜੀ ਬਸ ਇੱਥੇ ਫੋਟੋ ਕਰਦੇ, ਬਾਲੀ ਦੇ ਵਿੱਚ ਬਹੁਤ ਫੇਮਸ ਆ ਇਹ ਟੈਂਪਲ ਆ ਇਹ। ਇਹਨਾਂ ਦੇ ਕੁਛ ਆਪਣੇ ਰੂਲਸ ਆ ਜਿਹੜੇ ਫੋਲੋ ਕਰਨੇ ਹੁੰਦੇ ਆ। ਆਹ ਸਾਰਿਆਂ ਨੇ ਜਿਹੜੀ ਆਹ ਚੀਜ਼ ਪਾਈ ਹੋਈ ਹੈ, ਸਾਰਿਆਂ ਦੇ ਪਾਉਣੀ ਜ਼ਰੂਰੀ ਆ। ਹਾਂ ਦੇਖੋ ਜੀ ਸਾਡੀ ਟਰਨ ਆਉਣ ਵਾਲੀ ਆ, ਸੋ ਇਸ ਕਰਕੇ ਅਸੀਂ ਪ੍ਰੈਕਟਿਸ ਕਰ ਰਹੇ ਹਾਂ। ਕਰੋ ਪ੍ਰੈਕਟਿਸ, ਜੰਪ ਕਿਵੇਂ ਕਰਨਾ ਹੈ ਦਮ ਨੀਤੂ, ਜੰਪ ਦੀ ਪ੍ਰੈਕਟਿਸ ਕਰੋ, ਪ੍ਰੈਕਟਿਸ ਕਰੋ। ਦੁੱਲਾ ਨਹੀਂ ਪ੍ਰੈਕਟਿਸ ਕਰਦਾ ਯਾਰ, ਆ ਜਾਓ ਮੇਰੇ ਨਾਲ, ਚਲੋ ਆ ਜਾਓ। ਗੇਟ ਆਫ ਹੈਵਨ ਦਾ ਇੱਧਰ ਵਾਲਿਆ, ਤੁਹਾਨੂੰ ਗੇਟ ਆਫ ਹੈਵਨ ਦਿਖਾ ਦਿਆਂ ਥੱਲੇ ਤੋਂ ਪੂਰਾ। ਲਓ ਜੀ ਦੇਖੋ ਇੱਧਰ, ਦੇਖੋ ਇੱਧਰ ਵੀ ਮੰਦਰ ਪ੍ਰੋਪਰ ਬਣਿਆ ਹੋਇਆ। ਜਿਹੜੇ ਪੋਜ਼ ਕਰਨੇ ਆ ਹੁਣ ਉਹ ਟਰਾਈ ਕਰ ਰਹੇ, ਦੱਸੋ ਕਰਕੇ ਦਿਖਾਓ ਪੋਜ਼। ਹਾਂ ਅੱਛਾ, ਕਾ ਪੋਜ਼ ਕਰਨਾ? ਹਾਂ ਨੀਤੂ ਪੋਜ਼ ਦਿਖਾ ਰਹੀ ਆ। ਹਾਂ ਆ ਵੀ ਸੋਹਣਾ, ਸਹੀ ਆ ਸਹੀ ਆ, ਸਾਰੇ ਪੋਜ਼ ਦੇਖੋ ਪੋਜ਼ ਤੇ ਪੋਜ਼। ਉਹ ਸਾਹਮਣੇ ਫੋਟੋ ਹੋ ਰਹੀ ਆ ਜੀ, ਦੇਖ ਲਓ ਤੁਹਾਨੂੰ ਕਈ ਵਾਰੀ ਦਿਖਾ ਰਹੇ। ਬਹੁਤ ਔਖੀ ਟਰਨ ਆਈ ਆਪਣਾ, 381 ਨੰਬਰ ਆ, ਬਹੁਤਾ ਟਾਈਮ ਲੱਗ ਰਿਹਾ।
ਫਾਈਨਲੀ ਆਪਾਂ ਫੋਟੋ ਕਲਿੱਕ ਕਰਵਾ ਲਈਏ, ਲਗਭਗ 3 ਘੰਟੇ ਵੇਟ ਹੋਈ ਆ। ਤੁਸੀਂ ਆ ਵਲੌਗ ਦੇ ਵਿੱਚ ਫੋਟੋ ਵੀ ਦੇਖ ਸਕਦੇ ਹੋ, ਜਿਹੜੀਆਂ ਜਿਹੜੀਆਂ ਕਲਿੱਕ ਹੋਈਆਂ, ਜ਼ਿਆਦਾ ਫੇਸ ਤਾਂ ਕਲੀਅਰ ਦਿਖਦਾ ਨਹੀਂ ਗਾ, ਪਰ ਫੋਟੋ ਬਹੁਤ ਸੋਹਣੀ ਹੋਈ ਆ, ਹੈ ਨਾ। ਚਲੋ ਹੁਣ ਆਪਾਂ ਚੱਲਦੇ ਹਾਂ। ਹੁਣ ਆਪਾਂ ਪੀਣ ਲੱਗੇ ਹਾਂ ਜੀ ਨੈਸਕੈਫੇ ਦੀ ਕੌਫੀ ਅਤੇ ਨਾਲ ਕੀ ਪ੍ਰਿੰਗਲਸ। ਫਿਰ ਆਪਾਂ ਕਰਦੇ ਹਾਂ ਵਾਪਸੀ। ਹਾਂਜੀ ਫਾਈਨਲੀ ਆਪਾਂ ਕਰ ਲਏ ਦਰਸ਼ਨ ਮੰਦਿਰ ਦੇ ਵੀ, ਤੁਹਾਨੂੰ ਸਾਰਾ ਕੁਛ ਤੁਸੀਂ ਹੈ ਨਾ ਜਿਵੇਂ ਵੇਖਿਆ ਵੀ ਆ, ਫੋਟੋਜ਼ ਤੁਸੀਂ ਦੇਖ ਲਈਆਂ ਹੈਵਨ, ਜਿਹੜਾ ਗੇਟ ਆਫ ਹੈਵਨ ਉਹ 'ਚ ਕਿੱਦਾਂ ਦੀਆਂ ਹੋਈਆਂ। ਅਤੇ ਹੁਣ ਆਪਣੀ ਬੱਸ ਫਿਰ ਚੱਲ ਪਈ, ਉੱਥੋਂ ਆਪਾਂ ਹੋਰ ਪਾਸੇ ਮਿਲਦੇ। ਨੈਕਸਟ ਐਕਟੀਵਿਟੀ ਕੀ ਆ, ਆਪਣੇ ਗਾਈਡ ਨੂੰ ਪੁੱਛਦੇ ਹਾਂ ਡਰਾਈਵਰ ਨੂੰ। ਕਿਉਂ ਵੀ ਇੰਜੋਏ ਕੀਤਾ ਫਿਰ? 4 ਦਿਨ ਹੋ ਗਏ, ਆਪਣੀ ਜੀਭ ਉਵੇਂ ਉਲਟ ਰਹੀ ਹੈ ਜਿਵੇਂ ਇੱਥੇ ਬੋਲਦੇ ਆ, ਹੈ ਨਾ। ਗੱਡੀ ਚੱਲ ਪਈ, ਹੁਣ ਆਪਾਂ ਨੈਕਸਟ ਜਿਹੜੀ ਜਗ੍ਹਾ ਹੈਗੀ ਉੱਥੇ ਚੱਲਦੇ ਹਾਂ ਤੇ ਤੁਹਾਨੂੰ ਦਿਖਾਉਣੇ ਆ, ਤੇ ਇੱਥੋਂ ਆਉਣੇ 25 ਮਿੰਟ ਲੱਗਣੇ ਜਾਣ ਤੇ। ਦੇਖੋ ਕਿੱਡਾ ਖਤਰਨਾਕ ਆ ਨਾ ਅਜਗਰ, ਆ ਵਾਈਟ ਕਲਰ ਦਾ। ਤੇ ਇੱਧਰ ਹੈਗਾ ਦੇਖੋ, ਪਤਾ ਨਹੀਂ ਇਹਨੂੰ ਕੀ ਕਹਿੰਦੇ ਆ, ਮੈਨੂੰ ਤਾਂ ਆਪ ਨਹੀਂ ਪਤਾ ਗਾ ਉਹ ਇਹਨੂੰ ਕੀ ਕਹਿੰਦੇ ਆ, ਗਿਰਗਿਟ ਇਹ ਹੈ, ਪਤਾ ਨਹੀਂ ਜਿਵੇਂ ਆਪਣੇ ਉਹ ਨਹੀਂ ਹੁੰਦਾ ਨਿਓਲਾ, ਨਿਓਲਾ ਤਾਂ ਨਹੀਂ ਹੁੰਦਾ ਯਾਰ, ਕੋੜ ਕਿਰਲਾ ਹੁੰਦਾ, ਕੋੜ ਕਿਰਲਾ ਹੁੰਦਾ ਜਿਵੇਂ ਉਹ ਸੱਪ ਨਹੀਂ ਇਹ, ਅਜਗਰ ਆ ਇਹ, ਅਜਗਰ ਆ ਇਹ ਮੂੰਹ 'ਚ ਪਾ ਜਾਂਦਾ ਇੱਕੋ ਦਮ ਹੀ, ਉਹਦਾ ਦੋਸਤ ਆ। ਆਹ ਦੇਖੋ ਕਿਵੇਂ ਉਹਨਾਂ ਖੇਡੀ ਜਾਂਦੀ ਆ, ਲੋਬੀ। ਆਪਾਂ ਹੁਣ ਟੇਟਾ ਗੰਗਾ ਦੇ ਪਹੁੰਚ ਚੁੱਕੇ ਹਾਂ, ਇਹਦਾ ਗੇਟ ਆ ਇੱਧਰਲੀ ਸਾਈਡ ਤੋਂ, ਠੀਕ ਆ। ਅਤੇ ਆਹ ਹੈਗਾ ਟੇਟਾ ਗੰਗਾ, ਆਹ ਸਾਰਾ ਕੁਛ ਇਹਨਾਂ ਲਿਖਿਆ ਹੋਇਆ, ਔਖਾ ਜਿਹਾ ਲਿਖਿਆ ਹੋਇਆ। ਸੋ ਇੱਧਰ ਦੇਖੋ ਆਈਟਨਰੀ ਕਿੱਡੀ ਸੋਹਣੀ ਆ, ਆਈ ਐਮ ਕਮਿੰਗ, ਆਹ ਦੇਖੋ ਜੀ ਬਹੁਤ ਸੋਹਣੀ ਚੀਜ਼ ਆ, ਸੋ ਨਾਈਸ। ਲਓ ਵੀ ਟੇਟਾ ਗੰਗਾ ਦੇ ਵਿੱਚ ਆਪਾਂ ਖੜੇ ਹਾਂ, ਤੇ ਦਰਖਤ ਦੇਖੋ ਸਪੈਸ਼ਲ ਕਿੱਦਾਂ ਦਾ, ਹੈ ਨਾ ਜਿਵੇਂ ਮੋਰ ਪੰਖ ਨਹੀਂ ਹੁੰਦੇ ਗੇ, ਜਿਵੇਂ ਮੋਰ ਦੇ ਪੰਖ ਆ ਬਿਲਕੁਲ ਉਸ ਤਰ੍ਹਾਂ ਦੀ ਆ ਨਾ ਚੀਜ਼, ਬੜੇ ਹੀ ਸੋਹਣੇ ਸੋਹਣੇ ਇੱਥੇ ਟ੍ਰੀ ਪਲਾਂਟ ਵਗੈਰਾ ਲੱਗੇ ਹੋਏ ਆ, ਬਾਕੀ ਵਾਟਰ ਤਰ੍ਹਾਂ ਨਾ ਰੀਪ੍ਰਜੈਂਟ ਕੀਤਾ ਗਿਆ, ਅਤੇ ਮੂਰਤੀ ਜੋ ਨਹੀਂ ਕਰ ਰਿਹਾ ਕੋਈ ਚਲਾਉਣ, ਬੜੇ ਹੀ ਮਤਲਬ ਵਧੀਆ ਢੰਗ ਨਾਲ ਸਾਰਾ ਕੁਛ ਡੈਕੋਰੇਟ ਆ। ਇੱਧਰੋਂ ਦੇਖੋ ਪੂਰਾ ਸੀਨ ਤੁਸੀਂ ਦੇਖ ਸਕਦੇ ਹੋ, ਦੇਖੋ ਪੂਰਾ ਕਿੰਨਾ ਸੋਹਣਾ ਲੱਗ ਰਿਹਾ, ਮੌਸਮ ਬਹੁਤ ਸੋਹਣਾ ਵਾ ਇੱਥੇ, ਬੱਦਲ ਵੇਖੋ ਤੁਸੀਂ ਉੱਪਰ, ਐਂ ਮੌਸਮ ਰਹਿੰਦਾ ਇੱਥੇ, ਬਹੁਤ ਹੀ ਪਿਆਰਾ ਜਿਹਾ ਮੌਸਮ ਆ ਹੈ ਨਾ, ਗੱਲਬਾਤ ਆ ਪੂਰੀ ਘੈਂਟ, ਮਜ਼ਾ ਆ ਰਿਹਾ ਪੂਰਾ। ਹੁਣ ਆਪਾਂ ਚੱਲਦੇ ਹਾਂ ਵਾਪਸ ਉੱਧਰ ਨੂੰ, ਦੇਖਦੇ ਨੈਕਸਟ ਐਕਟੀਵਿਟੀ ਕੀ ਆ, ਜਾਂ ਫਿਰ ਆਪਾਂ ਵਾਪਸ ਆਪਣੇ ਹੋਟਲ ਚੱਲਾਂਗੇ। ਲਓ ਦੇਖੋ ਜੀ ਬਾਲੀ ਦੇ ਸਪੈਸ਼ਲ ਜਿਹੜੇ ਗਹਿਣੇ ਹੋ ਗਏ ਹੈ ਨਾ, ਝੁਮਕੇ ਵਗੈਰਾ, ਬੜੀਆਂ ਚੀਜ਼ਾਂ ਇੱਥੇ ਦੇਖੋ ਇੱਧਰ। ਥੈਂਕ ਯੂ। ਕੀ ਲੈਣਾ? ਕਿੱਥੇ ਆ? ਲੈ ਲਓ ਲੈ ਲਓ, ਬਣਾਉਣਾ ਚ ਪਹਿਲਾਂ ਇੱਕ ਟਰਾਈ ਕਰੋ ਵੀਰ ਜੀ, ਤਾਂ ਵੀ ਜੀ ਬਹੁਤ ਸਵਾਦ, ਬਹੁਤ ਸਵਾਦ ਹੈ, ਫਿਰ ਦੋ ਲੈ ਲਓ, ਇੱਕ ਦਿਸ ਵਨ ਐਂਡ ਵਨ ਰਾਉਂਡ ਵਨ, ਲੈ ਲਓ ਲੈ ਲਓ ਕੋਈ ਗੱਲ ਨਹੀਂ। ਦਮਣਾ ਦੀ ਵੀ ਬਨਾਨਾ ਚਿਪਸ, ਇਹ ਬਨਾਨਾ ਤੋਂ ਬਣੇ ਹੁੰਦੇ ਆ? ਅੱਛਾ ਰਾਉਂਡ ਵਾਲੇ ਵਧੀਆ, ਦੋਵੇਂ ਟੇਸਟੀ। ਲਓ ਵੀ ਬਨਾਨਾ ਚਿਪਸ ਲੈਣ ਲੱਗੇ ਆਪਾਂ, ਦੀਸ ਆਰ ਮੇਡ ਫਰਮ ਬਨਾਨਾ, ਬਨਾਨਾ 15 ਦਿਸ 25 ਫੋਰ, ਦੀਸ ਆਰ ਆਲਸੋ ਬਨਾਨਾ, ਯਾ ਨੋ ਬਨਾਨਾ ਕਸਾ ਕਾ
ਓਨਲੀ ਬਨਾਨਾ ਵੀ ਗਿਵ ਟੇਸਟਿੰਗ ਦੋ ਦੇ ਦੋ ਬਨਾਨਾ ਯੈਸ ਯੈਸ ਟੂ ਹਾਊ ਮਚ 30,000 ਓਕੇ ਗ੍ਰੇਟ ਓ ਜੀ ਸੂਰਜ ਕਹਿੰਦਾ ਹੁਣ ਆਪਾਂ ਬੈਗ ਚੱਲੇ ਆ ਹੋਟਲ ਨੂੰ ਦੇਖ ਲਿਆ ਘੁੰਮ ਲਿਆ ਵਾਲਾ ਦਿਨ ਪੂਰਾ ਅੱਜ ਇੰਜੋਏ ਕਰ ਲਿਆ ਪੂਰਾ ਦਿਨ ਪਤਾ ਹੀ ਨਹੀਂ ਲੱਗਿਆ ਦੁੱਲਾ ਦਾ ਸੌਂਗ ਹੈ ਤੇ ਉੱਤੇ ਆਂਦਾ ਖੇ ਸੁਬਾ ਹੀ ਆ ਹਜੇ ਤੱਕ ਉਹ ਵੀ ਤਾਂ ਗੱਲ ਹੈ ਹਨਾ ਉਹ ਮੈਂ ਜਿਉ ਟਾਈਮ ਦੇਖਿਆ ਮੈਂ ਕਿਤੇ 12-1 ਵਜੇ ਹਨਾ ਜੇ ਟਾਈਮ ਦੇਖਿਆ 5 ਵਜੇ ਕਮਾਲ ਆ ਹੁਣ ਕੋਕ ਪੀਣ ਲੱਗੇ ਆ ਜੀ ਤੇ ਨਾਲ ਬਨਾਨਾ ਚਿਪਸ ਇੱਧਰ ਪਏ ਆ ਨਾਲ ਉਹਨੂੰ ਪੰਜਾਬੀ ਸਿਖਾ ਕੇ ਆਏ ਆ ਵੀ ਉਹਨੇ ਤੁਹਾਨੂੰ ਕੀ ਕਹਿੰਦੇ ਮੈਂ ਕਿਹਾ ਉਹਨੇ ਨਮਸਤੇ ਕਹਿੰਦੇ ਇੰਨੇ ਚ ਮੈਂ ਕਿਹਾ ਨਹੀਂ ਜੀ ਸਤਿ ਸ਼੍ਰੀ ਅਕਾਲ ਕਹੋ ਉਹਨਾਂ ਨੇ ਜਕਾਰਾ ਲਾਇਆ ਫਿਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਪਹੁੰਚ ਗਏ ਹਾਂ ਸ਼ਿਵ ਸਾਗਰ ਦੇ ਦੁਆਰਾ ਤੇ ਹੁਣ ਆਪਾਂ ਡਿਨਰ ਕਰਨ ਲੱਗੇ ਹਾਂ ਡੋਸਾ ਮੰਗਾਏ ਆਪਾਂ 3 ਡੋਸੇ ਮੰਗਾਏ ਆ ਲੱਸੀ ਮੰਗਾਈ ਆ ਤੇ ਇੱਕ ਸਪੈਸ਼ਲ ਥਾਲੀ ਮੰਗਾਈ ਆ ਦੁੱਲੇ ਕੀ ਆ ਵਿੱਚ ਡੋਸਾ ਦੇਖੋ ਦਮਨ ਨਹੀਂ ਪਤਾ ਸਪੈਸ਼ਲੀ ਦੇਖੋ ਡੋਸਾ ਕਿੱਡਾ ਵੱਡਾ ਹਨ ਕਮਾਲ ਆ ਯਾਰ ਬਹੁਤ ਸਾਈਜ਼ ਵੱਡਾ ਆਲੂ ਹੀ ਆ ਥੈਂਕ ਯੂ ਆ ਆਪਣੀ ਸਪੈਸ਼ਲ ਥਾਲੀ ਆ ਗਈ ਆ ਆਪਣੀ ਸਪੈਸ਼ਲ ਥਾਲੀ ਆ ਨਾਲ ਰੋਟੀ ਆ ਆ ਦੇਖੋ ਸਬਜ਼ੀ ਆ ਵੀ ਦੇਖਦੇ ਹਾਂ ਕੀ ਖਾਣਾ ਆ ਨਾਲ ਸਵੀਟ ਡਿਸ਼ ਵੀ ਮਿਲੀ ਆ ਚੌਲ ਮਿਲੇ ਸਾਰਾ ਕੁਛ ਆ ਡੋਸਾ ਆਪਾਂ ਸ਼ਿਵ ਸਾਗਰ ਤੋਂ ਖਾਣਾ ਖਾ ਲਿਆ ਜੀ ਅਤੇ ਹੁਣ ਆਪਾਂ ਥੋੜ੍ਹੀ ਜਿਹੀ ਮਾਰਕੀਟ ਐਕਸਪਲੋਰ ਕਰ ਰਹੇ ਹਾਂ ਦੇਖ ਰਹੇ ਹਾਂ ਅਤੇ ਥੱਕ ਚੁੱਕੀ ਆ ਬਿਲਕੁਲ ਮੈਂ ਕਿਹਾ ਕੀੜਾ ਕਰ ਲਈਏ ਨਹੀਂ ਨਹੀਂ ਜਲਦੀ ਕੈਬ ਬੁੱਕ ਕਰੋ ਆ ਗਿਆ ਉੱਥੋਂ ਮੁੜਿਆ ਵਾਂਗੇ ਰੋਟੀ ਦਾ ਹਜਮ ਕਰ ਲਓ ਯਾਰ ਬਸ ਬਸ ਇਹਨਾਂ ਨੂੰ ਚਾਹ ਵੀ ਜ਼ਿਆਦਾ ਥੱਕਦੀਆਂ ਵੀ ਬਹੁਤ ਛੇਤੀ ਆ ਬਈ ਆਵੇ ਦੁੱਲਾ ਬੈਗ ਟੰਗੀ ਜਾਂਦਾ ਸਿਆਣਾ ਮੁੰਡਾ ਬਣ ਕੇ ਥੋੜਾ ਮਾੜਾ ਮੋਟਾ ਚੱਕਰ ਲਵਾਉਣੇ ਆ ਕਿ ਤੁਹਾਨੂੰ ਮਾੜਾ ਜਿਹਾ ਹਜਮ ਹੋਵੇ ਰੋਟੀ ਡੱਟੀ ਇੱਧਰ ਵੀ ਅਲੱਗ ਅਲੱਗ ਚੀਜ਼ਾਂ ਹੋਗੀਆਂ ਇੱਧਰ ਪੂਰਾ ਅਲੱਗ ਅਲੱਗ ਰੈਸਟੋਰੈਂਟ ਆ ਜਿਵੇਂ ਕੋਈ ਗੋਰੇ ਗੋਰਿਆਂ ਲਈ ਆ ਕੋਈ ਪੰਜਾਬੀਆਂ ਲਈ ਕੋਈ ਜਪਾਨੀਆਂ ਲਈ ਆ ਕੋਈ ਚਾਈਨੀਜ਼ ਲਈ ਆ ਦੇਖੋ ਕਿਹੜਾ